ਆਈਡੀ ਕਾਰਡ ਦੇਣ ਥੋੜ੍ਹਾ ਜਿਹਾ ਬੱਚੇ ਰਲਾ ਦਿਓ ਪ੍ਰੋਗਰਾਮ ਦਿਓ ਸਹਿਯੋਗ ਇਕੱਲੀ ਵੀਡੀਓ ਸੈਂਡ ਕਰ ਦਿਓ ਸਾਨੂੰ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਕੀ ਮੰਗਾਂ ਤੁਹਾਡੀਆਂ ਹੈਗੀਆਂ ਕਿਉਂ ਤੁਸੀਂ ਹੜਤਾਲ ਤੇ ਆ ਮੰਗਾਂ ਇਹ ਆ ਜੀ ਸਰ ਇੱਕ ਤਾਂ ਮੰਨ ਲਓ ਵੀ ਸਾਨੂੰ 10-11 ਸਾਲ ਹੋ ਗਏ ਸੇਵਾ ਕਰਦੇ ਨੂੰ ਬਾਕੀ ਕਰੋਨਾ ਦਾ ਦੌਰ ਚੱਲਦਾ ਇਸ ਦੌਰ ਦੇ ਵਿੱਚ ਸਾਨੂੰ ਕੰਪਨੀ ਨੇ ਬਹੁਤ ਜ਼ਿਆਦਾ ਪਰੇਸ਼ਾਨ ਕਰਿਆ ਹੋਇਆ ਬਿਨਾਂ ਗੱਲਾਂ ਤੋਂ ਮੁੰਡਿਆਂ ਦੀਆਂ ਟ੍ਰਾਂਸਫਰਾਂ ਕੋਈ ਕਿਸੇ ਪ੍ਰਕਾਰ ਦਾ ਸਾਨੂੰ ਕੋਈ ਓਵਰ ਟਾਈਮ ਨਹੀਂ ਹੈਗਾ ਕੋਈ ਕਿਸੇ ਪ੍ਰਕਾਰ ਦੀ ਕੋਈ ਚੱਜ ਦੀ ਕੋਈ ਮਤਲਬ ਰੀਜਨਲ ਪੀਪੀ ਕਿੱਟ ਜਾਂ ਕਿਸੇ ਤਰ੍ਹਾਂ ਦੀ ਮਤਲਬ ਸਹੂਲਤ ਹੈ ਨਹੀਂ ਗੀ ਉਲਟਾ ਸਾਡੇ ਇਹ ਮੈਡੀਕਲ ਟੈਕਨੀਸ਼ੀਅਨ ਜਿਹੜੇ ਸਾਡੇ ਨਾਲ EMT ਆ ਉਹਨਾਂ ਨੂੰ ਇਹਨਾਂ ਨੇ ਫਰਮਾਨ ਜਾਰੀ ਕਰਤਾ ਵੀ ਤੁਸੀਂ ਕਰੋਨਾ ਪੇਸ਼ੈਂਟ ਦੇ ਕੋਲ ਬੈਠ ਕੇ ਜਾਣਾ ਔਰ ਜਿਹੜਾ ਕੋਈ ਨਹੀਂ ਬੈਠੂਗਾ ਉਹਨੂੰ 200 ਕਿਲੋਮੀਟਰ ਟ੍ਰਾਂਸਫਰ ਕਰੀ ਜਾਊਗੀ ਜਾਂ ਉਹਨੂੰ ਕੱਢ ਦਿੱਤਾ ਜਾਊਗਾ ਅਤੇ ਇਹ ਸਾਰੀਆਂ ਮੁਸ਼ਕਲਾਂ ਮੰਗਾਂ ਨੂੰ ਦੇਖਦੇ ਹੋਏ ਜੇਕਰ ਇਹਨਾਂ ਨੇ ਸਾਡੀ 3 ਤਰੀਕ ਨੂੰ ਜੋ ਸਾਡੀ ਹੜਤਾਲ ਆ ਸਾਡੀਆਂ ਮੰਗਾਂ ਦਾ 6 ਘੰਟੇ ਦੇ ਵਿੱਚ ਕੋਈ ਨਾ ਕੋਈ ਹੱਲ ਨਾ ਕੀਤਾ ਤਾਂ ਇਹ ਜਿਹੜੀ ਸੇਵਾ ਇਹ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਜਾਊਗੀ ਕਿੰਨੇ ਮੁਲਾਜ਼ਮ ਹੈਗੇ ਨੇ 1250 ਦੇ ਕਰੀਬ ਸਾਡਾ ਮੁਲਾਜ਼ਮ ਆ ਜੀ 240 ਗੱਡੀਆਂ ਨੇ ਐਂਬੂਲੈਂਸਾਂ ਜੋ ਪੰਜਾਬ 'ਚ ਸੇਵਾ ਦੇ ਰਹੀਆਂ ਨੇ ਹੋਰ ਕੀ ਮੰਗਾਂ ਤੁਹਾਡੀਆਂ ਮੰਗਾਂ ਇਹੀ ਨੇ ਸਰ ਇੱਕ ਤਾਂ ਸਾਡੀ ਸੈਲਰੀ ਬਾਰੇ ਦੇਖਿਆ ਜਾਵੇ ਕਿਉਂਕਿ 10 ਸਾਲ ਹੋ ਗਿਆ ਉਹੀ 8-9 ਹਜ਼ਾਰ ਰੁਪਈਆ ਕੱਟ ਬੁੱਝ ਕੇ ਪਾਈ ਜਾਂਦੇ ਆ ਪਲੱਸ ਓਵਰ ਟਾਈਮ ਤਾਂ ਇਹਨਾਂ ਨੇ ਕਦੇ ਅੱਜ ਤੱਕ ਕਿਸੇ ਨੂੰ ਦਿੱਤਾ ਹੀ ਨਹੀਂ ਜੇਕਰ ਕੋਈ ਮੰਗਦਾ ਉਹਨੂੰ ਚੱਕਦੇ ਆ 2-250 ਕਿਲੋਮੀਟਰ ਚੱਕ ਕੇ ਟ੍ਰਾਂਸਫਰ ਮਾਰਦੇ ਆ ਜਿਹੜੇ ਫੰਡ ਵਗੈਰਾ ਤੁਹਾਡੇ ਕੱਟੇ ਜਾਂਦੇ ਫੰਡ PF ਕੱਟ ਹੁੰਦਾ ਉਹਦੀ ਸਾਨੂੰ ਕੋਈ ਸਮਝ ਨਹੀਂ ਆਈ ਕੋਈ ਇਹ ਦੱਸਦੇ ਨਹੀਂ ਕੀ ਆ ਕੀ ਨਹੀਂ ਉਹਦੇ ਵਿੱਚ ਵੀ ਇਹ ਬੜਾ ਤਕੜਾ ਘਪਲਾ ਕਰਨ ਲੱਗੇ ਆ ਕੋਈ ਸੈਲਰੀ ਸਲਿੱਪ ਜੇ ਮੰਗ ਲੈਂਦਾ ਬੰਦਾ ਤਾਂ ਉਹਨੂੰ ਹਰਾਸ ਕਰਿਆ ਜਾਂਦਾ ਕੋਈ ਸੈਲਰੀ ਸਲਿੱਪ ਜਾਂ ਕਿਸੇ ਪ੍ਰਕਾਰ ਦੀ ਵੀ ਉਹਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਜੇ ਕੋਈ ਮੰਗਦਾ ਤਾਂ ਉਲਟਾ ਉਹਨੂੰ ਹਰਾਸ ਕਰਿਆ ਜਾਂਦਾ ਕੰਪਨੀ ਦੇ ਮੁਲਾਜ਼ਮਾਂ ਨੂੰ ਕਦੇ ਦੱਸਿਆ ਉੱਚ ਅਧਿਕਾਰੀ ਬਹੁਤ ਜ਼ਿਆਦਾ ਉਹਨਾਂ ਨੂੰ ਦੱਸਿਆ ਬਹੁਤ ਜ਼ਿਆਦਾ ਵਾਰੀ ਬੇਨਤੀਆਂ ਕਰ ਚੁੱਕੇ ਆ ਪਰ ਲੇਕਿਨ ਉਹਨਾਂ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਜਦੋਂ ਅਸੀਂ ਕੋਈ ਸਟ੍ਰਾਈਕ ਦੇ ਵੱਲ ਚੱਲਦੇ ਆ ਸਾਡੀ ਯੂਨੀਅਨ ਉਲਟਾ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਅਸੀਂ ਤੁਹਾਨੂੰ ਕੱਢ ਦੇਵਾਂਗੇ ਤੁਹਾਨੂੰ ਬਦਲ ਦੇਵਾਂਗੇ ਤੁਹਾਨੂੰ ਇਹ ਕਰ ਦਾਂਗੇ ਉਹ ਕਰ ਦਾਂਗੇ ਪਰ ਲੇਕਿਨ ਕਿਸੇ ਪ੍ਰਕਾਰ ਦੀ ਸਾਡੀ ਕੋਈ ਸੁਣਵਾਈ ਉੱਥੇ ਬਿਲਕੁਲ ਨਹੀਂ ਕੀਤੀ ਜਾਂਦੀ ਜੇ ਇਸ ਵਾਰ ਟੁੱਟੀਆਂ ਮੰਗਾਂ ਨਾ ਮੰਨੀਆਂ ਗਈਆਂ ਫਿਰ ਅਣਮਿੱਥੇ ਸਮੇਂ ਲਈ ਅਸੀਂ 6 ਘੰਟਿਆਂ ਬਾਅਦ ਪੂਰੇ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਬੰਦ ਕਰ ਦੇਵਾਂਗੇ ਤੇ ਗੱਡੀਆਂ ਅਸੀਂ ਆਪਣੀਆਂ ਲੋਕੇਸ਼ਨਾਂ ਤੇ ਜਿੱਥੇ ਖੜੀਆਂ ਨੇ ਉੱਥੇ ਬੰਦ ਕਰ ਦੇਣੀਆਂ ਨੇ ਅਸੀਂ ਕੋਈ ਵੀ ਕਾਲ ਨਹੀਂ ਲਾਵਾਂਗੇ ਚਾਹੇ ਉਹ ਐਕਸੀਡੈਂਟ ਆ ਚਾਹੇ ਕੋਈ ਕਰੋਨਾ ਪੋਜ਼ਿਟਿਵ ਆ ਕਿਸੇ ਪ੍ਰਕਾਰ ਦੀ ਵੀ ਕੋਈ ਕਾਲ ਨਹੀਂ ਲੱਗੂਗੀ ਜਿਸ ਦੀ ਸਾਰੀ ਜ਼ਿੰਮੇਵਾਰੀ ZHL ਦੀ ਹੋਊਗੀ ਕਿਉਂਕਿ ਜੋ ਕਿ 11 ਸਾਲ ਤੋਂ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਖਾ ਰਹੀ ਆ ਔਰ ਸਾਡੇ ਤੇ ਕਿਸੇ ਸਰਕਾਰ ਨੇ ਨਿਗਾਹ ਨਹੀਂ ਮਾਰੀ ਤੇ ਕੰਪਨੀਆਂ ਦਾ ਕੰਮ ਤਾਂ ਹੈ ਹੀ ਲੁੱਟਣਾ ਉਹ ਲੁੱਟੀ ਜਾ ਰਹੇ ਆ ਸਾਨੂੰ ਬਿਲਕੁਲ ਜੀ ਸਾਨੂੰ ਇੱਕ ਕੰਪਨੀ ਨੇ ਠੇਕੇ ਤੇ ਇਹ ਕਰਿਆ ਹੋਇਆ ਜਿਹਨੂੰ ਮੰਨ ਲਓ ਵੀ 2011 'ਚ ਪ੍ਰੋਜੈਕਟ ਚਲਾਇਆ 11 ਤੋਂ ਅੱਜ ਤੱਕ ਲੈ ਕੇ ਨਾ ਤਾਂ ਉਹ ਗੱਡੀਆਂ ਦੀ ਮੈਨੀਟੈਂਸੇ ਚੱਜ ਨਾਲ ਕਰਾਉਂਦੇ ਆ ਕੋਈ ਕੰਮਕਾਰ ਕਰਾਉਂਦੇ ਆ ਉਲਟਾ ਜੇ ਅਸੀਂ ਕੋਈ ਉਹਨਾਂ ਨੂੰ ਕੰਮ ਕਹਿੰਦੇ ਵੀ ਆ ਉਹਦੇ 'ਚ ਵੀ ਸਾਨੂੰ ਇਹੀ ਧਮਕੀ ਦਿੱਤੀ ਜਾਂਦੀ ਆ ਵੀ ਇਹਨੂੰ ਚੁੱਪ ਚਪੀਤੇ ਚਲਾਓ ਨਹੀਂ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਾਮ ਸਿੰਘ ਜਨਰਲ ਸੈਕਟਰੀ ਪੰਜਾਬ 108 ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਕੀ ਤੁਹਾਡਾ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਕੀ ਕੀ ਕਾਰਨ ਆ ਪ੍ਰੋਟੈਸਟ ਸਰ ਸਾਨੂੰ 8-10 ਸਾਲ ਹੋ ਗਏ ਆ 108 ਐਂਬੂਲੈਂਸ 'ਤੇ ਸੇਵਾ ਕਰਦਿਆਂ ਨੂੰ ਪਰ ਪੰਜਾਬ ਦੇ ਵਿੱਚ ਜਿਹੜੀ ਬੰਬੇ ਤੋਂ ZHL ਕੰਪਨੀ ਚੱਲ ਰਹੀ ਆ ਉਹ ਸੇਵਾ ਦੇ ਨਾਂ 'ਤੇ ਇੱਕ ਮਾਫੀਆ ਇਹ ਜੋ ਕਿ 8-10 ਸਾਲ ਤੋਂ ਮੁੰਡਿਆਂ ਦਾ ਖੂਨ ਨਚੋੜ ਰਹੇ ਆ ਧੱਕੇਸ਼ਾਹੀਆਂ ਕਰ ਰਹੇ ਆ ਮਨ ਮਰਜ਼ੀਆਂ ਕਰ ਰਹੇ ਆ ਪਰ ਸਾਡੀ ਅੱਜ ਤੱਕ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਜਿਹੜਾ ਸਾਨੂੰ ਇਹ ਮਜਬੂਰਨ ਤੌਰ 'ਤੇ 3 ਤਰੀਕ ਨੂੰ 6 ਘੰਟੇ ਦੀ ਜਿਹੜੀ ਸੰਕੇਤ ਹੜਤਾਲ ਆ ਬੰਦ ਦਾ ਸੱਦਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਜੇਕਰ ਸਾਡੇ ਨਾਲ ਕੋਈ ਸਰਕਾਰੀ ਅਧਿਕਾਰੀ ਗੱਲ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਜਿਹੜੀ ਇਹ ਸੇਵਾ ਮੁਕੰਮਲ ਤੌਰ 'ਤੇ ਜਿਹੜੀ ਠੱਪ ਕੀਤੀ ਜਾਊਗੀ ਉਸ ਠੱਪ ਦੇ ਵਿੱਚ ਜਿਹੜਾ 15 ਅਗਸਤ ਦਾ ਲੋਕਾਂ ਦਾ ਆਜ਼ਾਦੀ ਦਿਹਾੜਾ ਉਹ ਵਿੱਚੇ ਲੰਘ ਸਕਦਾ ਅਤੇ ਜੇਕਰ ਜਾਨੀ ਨੁਕਸਾਨ ਜਾਂ ਮੁਲਾਜ਼ਮਾਂ ਦਾ ਹੋਊਗਾ ਜਾਂ ਲੋਕਾਂ ਦਾ ਹੋਊਗਾ ਉਹਦੀ ਜ਼ਿੰਮੇਵਾਰੀ ਕੰਪਨੀ ਦੀ ਹੋਊਗੀ ਅਤੇ ਪੰਜਾਬ ਸਰਕਾਰ ਦੀ ਹੋਊਗੀ ਕਿਹੜੀ ਕੰਪਨੀ ਕਿਹੜੀ ਹੈ ਕੰਪਨੀ ZHL ਕੰਪਨੀ ਆ ਜੀ ਬੰਬੇ ਦੀ 8-10 ਸਾਲ ਤੋਂ ਇਹ ਮੁੰਡਿਆਂ ਨੂੰ ਨਾ ਤਾਂ ਕੋਈ ਓਵਰ ਟਾਈਮ ਦੇ ਰਹੀ ਆ 12-12 ਘੰਟੇ ਦੀਆਂ ਲੰਬੀਆਂ ਡਿਊਟੀਆਂ ਮੁੰਡੇ ਕਰ ਰਹੇ ਆ ਭੁੱਖੇ ਪਿਆਸੇ ਠੀਕ ਆ ਜੀ ਅਤੇ ਨਾ ਹੀ ਇਹਨਾਂ ਨੇ 7-8 ਸਾਲ ਤੋਂ ਕੋਈ ਮੁੰਡਿਆਂ ਨੂੰ ਇੰਕਰੀਮੈਂਟ ਦਿੱਤਾ ਠੀਕ ਆ ਗੌਰਮੈਂਟ ਤੋਂ ਇੰਕਰੀਮੈਂਟ ਲੈਂਦੇ ਆ ਅਤੇ ਮੁੰਡਿਆਂ ਨੂੰ ਇਹ ਇੰਕਰੀਮੈਂਟ ਨਹੀਂ ਦਿੰਦੇ ਜੇ ਕਿੰਨੇ ਇੰਪਲੋਈ ਕਿੰਨੇ ਆ ਇੰਪਲਾਈ ਪੰਜਾਬ ਦੇ ਵਿੱਚ 1000-1200 ਮੁੰਡਾ ਹੈਗਾ ਜੀ ਠੀਕ ਆ ਪਰ ਹੁਣ ਇਹਨਾਂ ਨੇ ਇੱਕ ਨਵਾਂ ਤੁਗਲਕੀ ਫਰਮਾਨ ਜਾਰੀ ਕਰਿਆ ਜਦਕਿ ਇਹ ਕਹਿੰਦੇ ਆ ਵੀ ਤੁਸੀਂ ਹੁਣ ਜਿਹੜਾ ਸਾਡਾ ਮੁੰਡਾ EMT ਆ ਜਿਨ੍ਹਾਂ ਦੇ ਡਿਗਰੀਆਂ ਡਿਪਲੋਮੇ ਕਰੇ ਹੁੰਦੇ ਆ ਉਹਨੂੰ ਕਹਿੰਦੇ ਤੁਸੀਂ ਪਿਛਲੇ ਪਾਸੇ ਮਰੀਜ਼ ਦੇ ਕੋਲੇ ਬੈਠੋ ਕਰੋਨਾ ਵਾਲੇ ਦੇ ਨਾਲ ਪਰ ਜਦਕਿ WHO ਜਾਂ ਸਰਕਾਰ ਦਾ ਵੀ ਦਿਸ਼ਾ ਨਿਰਦੇਸ਼ ਆ ਵੀ ਤੁਸੀਂ ਸੋਸ਼ਲ ਡਿਸਟੈਂਸ ਘੱਟੋ ਘੱਟ 2-3 ਗਾਜ਼ ਦੀ ਦੂਰੀ ਬਣਾ ਕੇ ਰੱਖੋ ਪਰ ਇਹ ਪੰਜਾਬ ਦੇ ਮੁੰਡਿਆਂ ਨੂੰ ਮਾਰਨਾ ਚਾਹੁੰਦੇ ਆ ਜਿਸ ਕਰਕੇ ਸਾਡੇ ਜਿਹੜੇ ਆ ਤਰਨ ਤਾਰਨ ਤੋਂ
ਫਿਰੋਜ਼ਪੁਰ ਤੋਂ ਲੁਧਿਆਣੇ ਤੋਂ ਜਿਹੜੇ 5-7 ਮੁੰਡੇ ਆ ਜਿਹੜੇ ਉਹ ਕਰੋਨਾ ਨਾਲ ਪੋਜ਼ਿਟਿਵ ਵੀ ਆ ਗਏ ਆ। ਹੋਰ ਇਹਨਾਂ ਦੀ ਕਰਤੂਤ ਦੇਖੋ, ਜਿਹੜੇ ਮੁੰਡੇ ਪੋਜ਼ਿਟਿਵ ਆਏ ਸੀ ਉਹਨਾਂ ਨੂੰ ਬੱਸ ਚਾੜ ਕੇ ਇਹਨਾਂ ਨੇ, ਠੀਕ ਆ ਜੀ, ਉਹਦੇ ਪਿੰਡ ਭੇਜਿਆ ਗਿਆ, ਜਦਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਭਾਈ ਸਪੈਸ਼ਲ ਗੱਡੀ ਕਰਾ ਕੇ ਉੱਥੇ ਭੇਜਿਆ ਜਾਂਦਾ। ਇਹ ਜਿਹੜਾ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਿਆ ਵੀ ਤੁਸੀਂ ਮਰੀਜ਼ ਦੇ ਨਾਲ ਬੈਠਣਾ, ਮੁੰਡਿਆਂ ਦੇ ਡਿਗਰੀਆਂ ਡਿਪਲੋਮੇ ਬਿਲਕੁਲ ਇਹਨਾਂ ਨੇ ਰੋਲ ਦਿੱਤੇ ਗਏ ਆ, ਕਿਉਂਕਿ ਉਹਨਾਂ ਦੀ ਜਿਹੜੀ ਇੱਕ ਸਰਕਾਰੀ ਪੋਸਟ ਆਉਂਦੀ ਆ EMT ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ, ਉਹ ਇਹਨਾਂ ਨੇ ਖਤਮ ਕਰਕੇ ਉਹਨੂੰ ਐਂਬੂਲੈਂਸ ਮੈਨੇਜਰ ਬਣਾਤਾ, ਠੀਕ ਆ ਜੀ। ਪਹਿਲਾਂ ਤਾਂ ਇਹਨਾਂ ਦੀਆਂ ਡਿਗਰੀਆਂ ਖਤਮ ਕਰੀਆਂ, ਹੁਣ ਐਂਬੂਲੈਂਸ ਮੈਨੇਜਰ ਬਣਾਤਾ, ਜਦਕਿ ਜਿਹੜੀ ਕਰੋਨਾ ਦੀ ਮੈਡੀਸਨ ਆ ਉਹ ਹਜੇ ਅਮੈਰੀਕਾ ਤੋਂ ਵੀ ਤਿਆਰ ਨਹੀਂ ਹੋਈ, ਇੰਡੀਆ ਦੇ ਵਿੱਚ ਤਾਂ ਹਜੇ ਆਉਣੀ ਕੀ ਆ। ਪਰ ਜੇ ਕਹਿੰਦੇ ਤੁਸੀਂ ਨਾਲ ਬੈਠੋ ਮਰੀਜ਼ ਦੇ ਵੀ ਕੀ ਐਂਬੂਲੈਂਸ ਦੇ ਵਿੱਚ ਕਿਹੜੀ ਇਹੋ ਜਿਹੀ ਮੈਡੀਸਨ ਆ ਜਿਹੜੀ ਕਰੋਨਾ ਵਾਲੇ ਮਰੀਜ਼ ਨੂੰ ਦਿੱਤੀ ਜਾਊਗੀ, ਠੀਕ ਆ। ਸੋ ਇਸ ਕਰਕੇ ਸਾਨੂੰ ਮਜਬੂਰਨ ਤੌਰ 'ਤੇ ਇਹ ਸਟੈਪ ਚੱਕਣਾ ਪਿਆ ਵੀ ਸਾਡੇ ਮੁੰਡਿਆਂ ਦਾ ਨੁਕਸਾਨ ਨਾ ਹੋ ਜੇ, ਜਿਹੜੇ ਮੁੰਡਿਆਂ ਦਾ ਪਹਿਲਾਂ ਨੁਕਸਾਨ ਹੋ ਚੁੱਕਿਆ। ਇੱਕ ਮੁੰਡਾ ਸਾਡਾ ਪਟਿਆਲੇ ਤੋਂ ਸੀ, 6 ਮਹੀਨੇ ਉਹਦੀ ਡੈਥ ਨੂੰ ਹੋ ਗਏ ਆ, ਉਹਦੇ ਪਰਿਵਾਰ ਨੂੰ ਇਹਨਾਂ ਨੇ 1 ਰੁਪਈਆ ਨਹੀਂ ਦਿੱਤਾ। ਇੱਕ ਮੁੰਡਾ ਸਾਡਾ ਫਿਰੋਜ਼ਪੁਰ ਤੋਂ ਸੀ, 8 ਮਹੀਨੇ ਲਗਭਗ ਉਹਦਾ ਐਕਸੀਡੈਂਟ ਹੋ ਗਿਆ ਸੀ, ਉਹਦੀ ਲੱਤ ਕੱਟੀ ਗਈ ਆ, 6.5-7 ਲੱਖ ਰੁਪਈਆ ਉਹਨੇ ਕਰਜ਼ਾ ਚੱਕ ਕੇ ਆਪਦੀ ਜੇਬ 'ਚੋਂ ਲਾਇਆ। ਉਹਨੂੰ ਨਾ ਤਾਂ ਕੋਈ ਇਹਨਾਂ ਨੇ ਰੁਜ਼ਗਾਰ ਦਿੱਤਾ ਅਤੇ ਨਾ ਹੀ ਉਹਨੂੰ ਇਹਨਾਂ ਨੇ ਕੋਈ ਇੰਸ਼ੋਰੈਂਸ ਦਿੱਤਾ ਅਤੇ ਨਾ ਕੋਈ ਉਹਨੂੰ ਨੌਕਰੀ ਦਿੱਤੀ ਆ, ਠੀਕ ਆ ਜੀ। ਸੋ ਇਸ ਕਰਕੇ ਜਿਹੜੀ ਕਹਿੰਦੇ ਅਸੀਂ ਸੇਵਾ ਦੇ ਨਾਂ 'ਤੇ ਪੰਜਾਬ ਦੇ ਵਿੱਚ ਅਸੀਂ ਗੱਡੀਆਂ ਚਲਾਈਆਂ ਹੋਈਆਂ, ਇਹ ਸਿਰਫ ਮਾਫੀਆ ਚਲਾਇਆ ਹੋਇਆ, ਕਿਉਂਕਿ ਲੋਕਾਂ ਨੂੰ ਮਾਰਨ 'ਤੇ ਤੁਲੇ ਹੋਏ ਆ। ਐਂਬੂਲੈਂਸ ਦੀ ਸਪੀਡ ਆ ਜਿਹੜੀ ਇਹਨਾਂ ਨੇ ਬਣਾ ਰੱਖੀ ਆ 60 ਦੀ, ਕਹਿੰਦੇ 60 ਤੋਂ ਵੱਧ ਤੁਸੀਂ ਗੱਡੀ ਨਹੀਂ ਭਜਾਉਣੀ। ਜੇਕਰ ਅਸੀਂ ਡਿਊਟੀ ਕਰਦੇ ਹਾਂ, ਡਿਊਟੀ ਦੇ ਦੌਰਾਨ ਕੋਈ ਜਿਹੜੇ ਕੋਈ ਆਪਦਾ ਭੈਣ ਭਾਈ ਜ਼ਿਆਦਾ ਸੀਰੀਅਸ ਹੁੰਦਾ ਤਾਂ ਸਾਨੂੰ ਮਜਬੂਰਨ ਤੌਰ 'ਤੇ ਗੱਡੀ ਭਜਾਉਣੀ ਪੈਂਦੀ ਆ, ਪਰ ਇਹ ਕੌਲਾਂ 'ਤੇ ਕੌਲਾਂ ਕਰਨ ਲੱਗ ਜਾਂਦੇ ਆ ਵੀ ਤੁਸੀਂ ਗੱਡੀ ਕਿਉਂ ਭਜਾ ਰਹੇ ਹਾਂ, ਤੁਸੀਂ ਪਰਮਿਸ਼ਨ ਨਹੀਂ ਲਈ। ਉਸ ਤੋਂ ਬਾਅਦ ਮੈਂ ਇੱਕ RTI ਪਾਈ ਪੰਜਾਬ ਸਰਕਾਰ ਤੋਂ, ਉਹਦੇ ਜਵਾਬ ਮੰਗਿਆ ਗਿਆ ਵੀ ਐਂਬੂਲੈਂਸ ਦੀ ਸਪੀਡ ਹੁੰਦੀ ਜਾਂ ਨਹੀਂ ਹੁੰਦੀ, ਪਰ ਉਹ ਕਹਿੰਦੇ ਜੀ ਐਂਬੂਲੈਂਸ ਦੀ ਕੋਈ ਸਪੀਡ ਨਹੀਂ ਹੁੰਦੀ। ਫਿਰ ਇਹ ਮੁੰਡਿਆਂ ਨੂੰ ਕਹਿੰਦੇ ਤੁਸੀਂ ਗੱਡੀ ਭਜਾਉਣੇ ਆ, ਸਾਨੂੰ ਐਵਰੇਜ 9-10 ਦੀ ਚਾਹੀਦੀ ਆ। ਇਹਨਾਂ ਦਾ ਸਿਰਫ ਮੇਨ ਮਕਸਦ ਪੰਜਾਬ ਦੇ ਵਿੱਚੋਂ ਕਰੋੜਾਂ ਰੁਪਈਆ ਇਕੱਠਾ ਕਰਕੇ ਲਿਜਾ ਕੇ ਅਤੇ ਬੰਬੇ ਵਾਲਿਆਂ ਦੀ ਝੋਲੀ ਪਾਉਣ ਦਾ, ਕਿਉਂਕਿ ਇਹਦੇ ਵਿੱਚ ਪੰਜਾਬ ਦੇ ਕੁਛ ਜਿਹੜੇ ਇੰਚਾਰਜ ਆ, ਜਿਵੇਂ ਲੁਧਿਆਣੇ ਤੋਂ ਇੱਕ ਜਗਦੀਪ ਇੰਚਾਰਜ ਆ, ਜਗਦੀਪ ਸਿੰਘ ਸੀਅਲ, ਉਹਨੇ ਮੁੰਡਿਆਂ ਦਾ ਬਹੁਤ ਜੀਣਾ ਦੁੱਭਰ ਕਰਿਆ ਹੋਇਆ। ਇੱਕ ਰਜੇਸ਼ ਭਾਟੀਆ, ਇੱਕ ਰੋਹਿਤ ਖੱਤਰੀ, ਇੱਕ ਮਨੀਸ਼ ਬੱਤਰਾ, ਜਿਹੜੀ ਇਹ ਮੁੰਡਿਆਂ ਨੂੰ AC ਰੂਮਾਂ ਦੇ ਵਿੱਚ ਬਹਿ ਕੇ 1.5-2 ਲੱਖ ਰੁਪਈਆ ਤਨਖਾਹ ਲੈਂਦੇ ਆ ਸਿਰਫ ਮੁੰਡਿਆਂ ਨੂੰ ਪਰੇਸ਼ਾਨ ਕਰਨ ਦੀ। ਪਰ ਜਿਹੜੇ ਬੰਦੇ ਤੁਹਾਨੂੰ ਦੱਸਿਆ ਵੀ ਉਹਨਾਂ ਦੀਆਂ ਡੈਥਾਂ ਹੋ ਗਈਆਂ, ਬਿਮਾਰ ਹੋਏ ਗਏ ਆ, ਜਾਂ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਗਿਆ, ਇਹ ਸਾਰੇ ਛੋਟੀਆਂ ਛੋਟੀਆਂ ਜਿਹੜੀਆਂ ਕੁਛ ਪ੍ਰੋਬਲਮਾਂ ਸੀ, ਕੁਛ ਜਿਹੜੀਆਂ ਸਾਡੀਆਂ ਵੱਡੀਆਂ ਮੇਜਰ ਪ੍ਰੋਬਲਮਾਂ ਆ ਗਈਆਂ, ਉਹਨਾਂ ਦਾ ਵੀ ਇਹਨਾਂ ਨੇ ਅਜੇ ਤੱਕ ਹੱਲ ਨਹੀਂ ਕਰਿਆ। 2013-14 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ, ਮੁੰਡਿਆਂ ਨੇ ਆਪਦੇ ਹੱਕਾਂ ਦੀ ਖਾਤਰ ਉਦੋਂ ਪ੍ਰੋਟੈਸਟ ਕਰਿਆ, ਅਕਾਲੀ ਸਰਕਾਰ ਨੇ 234 ਮੁੰਡੇ ਕੱਢ ਕੇ ਘਰੋਂ ਘਰੀ ਬਿਠਾਤੇ, ਪਰ ਉਹਨਾਂ ਦਾ ਅੱਜ ਤੱਕ ਨਾ ਕਾਂਗਰਸ ਸਰਕਾਰ ਨੇ ਹੱਲ ਕਰਿਆ। ਸੋ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ ਵੀ ਭਾਈ ਤੁਸੀਂ ਸਾਡੀ ਇਹ ਜਿਹੜੀ ਬੇਨਤੀ ਆ ਇਹਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇ, ਮੁੰਡਿਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ, ਅਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਨਹੀਂ ਚਾਹੁੰਦੇ ਵੀ ਐਂਬੂਲੈਂਸ ਜਿਹੜੀ ਸੇਵਾ 3 ਤਰੀਕ ਨੂੰ ਠੱਪ ਹੋਣ ਜਾ ਰਹੀ ਆ ਉਹ ਕਰੀ ਜਾਵੇ, ਪਰ ਇਹ ਠੇਕੇਦਾਰਾਂ ਨੇ ਮੁੰਡਿਆਂ ਨੂੰ ਇੰਨਾ ਹਰਾਸ ਅਤੇ ਪਰੇਸ਼ਾਨ ਕਰਿਆ, ਜਿਸ ਕਰਕੇ ਸਾਨੂੰ ਇਹ ਮਜਬੂਰਨ ਤੌਰ 'ਤੇ ਸਟੈਪ ਚੱਕਣਾ ਪੈਣਾ ਉਹਦੇ